ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਆਰ ਐੱਸ ਪੀ ਇੰਸਟੀਚਿਊਟ 'ਤੇ। ਦੋਸਤੋ, ਇਹ ਸਿੱਖਿਆ ਭਰਤੀ ਵਿਭਾਗ ਦਾ ਨੋਟਿਸ ਹੈ, ਲੇਟੈਸਟ ਅਪਡੇਟ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਜੀ, ਜੋ ਈਟੀਟੀ ਟੀਚਰ ਦੀਆਂ ਜੋ ਰਿਕਰੂਟਮੈਂਟ ਭਰਤੀਆਂ ਨਿਕਲੀਆਂ ਨੇ, ਠੀਕ ਹੈ ਜੀ, 635 ਪੋਸਟਾਂ, ਅਤੇ ਉਹਦਾ ਜੋ ਡਿਟੇਲ ਇਸ਼ਤਿਹਾਰ ਹੈ, ਠੀਕ ਹੈ ਜੀ, ਡਿਟੇਲ ਐਡਵਰਟਾਈਜ਼ਮੈਂਟ ਆ, ਉਹ ਜਾਰੀ ਹੋ ਗਈ ਹੈ ਬੋਰਡ ਵੱਲੋਂ। ਅਤੇ ਇਹ ਡਿਟੇਲ ਜਿਹੜਾ ਨੋਟਿਸ ਹੈ, ਪੂਰੀ ਡਿਟੇਲ ਵਿੱਚ ਤੁਹਾਨੂੰ ਦੱਸਾਂਗੇ ਵੀ ਜੋ ਵੀ ਇਹ 'ਚ ਲਿਖਿਆ ਹੋਇਆ ਜੀ ਨੋਟਿਸ ਵਿੱਚ, ਸਾਰਾ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹਾਂਗੇ, ਜੇਕਰ ਚੈਨਲ 'ਤੇ ਨਵੇਂ ਹੋ ਜੀ, ਚੈਨਲ ਸਬਸਕ੍ਰਾਈਬ ਕਰ ਲੈਣਾ, ਇਸੇ ਤਰ੍ਹਾਂ ਦੀ ਜੋ ਲੇਟੈਸਟ ਅਪਡੇਟਸ ਨੇ ਉਹ ਤੁਹਾਨੂੰ ਰੈਗੂਲਰ ਹੀ ਮਿਲਦੀਆਂ ਰਹਿਣਗੀਆਂ ਸਾਡੇ ਇਸ ਚੈਨਲ 'ਤੇ। ਸੋ ਚੈਨਲ ਨਾਲ ਤੁਸੀਂ ਜੁੜੇ ਰਹੋ ਜੀ। ਅਤੇ ਚੱਲਦੇ ਹਾਂ ਇਸ ਨੋਟਿਸ 'ਤੇ ਜੀ, ਤੁਹਾਨੂੰ ਡਿਟੇਲ ਵਿੱਚ ਦੱਸ ਦਿਆਂ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਈਟੀਟੀ ਦੀਆਂ, 635 ਪੋਸਟਾਂ। ਸੋ ਚੱਲਦੇ ਹਾਂ ਨੋਟਿਸ 'ਤੇ। ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦਾ ਨੋਟਿਸ ਹੈ, ਕਦੋਂ ਜਾਰੀ ਹੋਇਆ ਜੀ, ਡੇਟ ਕੱਲ੍ਹ ਦੀ ਲਿਖੀ ਹੈ, ਬਟ ਇਹ ਅਪਲੋਡ ਅੱਜ ਹੋਇਆ ਬੋਰਡ ਦੀ ਵੈਬਸਾਈਟ 'ਤੇ। ਸੋ ਇੱਥੇ ਲਿਖਿਆ ਹੋਇਆ ਜੀ, ਸਿੱਖਿਆ ਵਿਭਾਗ ਪੰਜਾਬ ਵੱਲੋਂ DPI ਐਸੋਸੀਏਸ਼ਨ ਪੰਜਾਬ ਦੇ, ਇਹ ਸਾਰੀ ਐਡਵਰਟਾਈਜ਼ਮੈਂਟ ਨੰਬਰ ਹੈ, ਠੀਕ ਹੈ ਜੀ, ਅਤੇ ਅੱਗੇ ਲਿਖਿਆ 30/7/2021 ਨੂੰ ETT ਕੈਡਰ ਦੀਆਂ 635 ਅਸਾਮੀਆਂ ਨੂੰ ਭਰਨ ਸੰਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com 'ਤੇ ਔਨਲਾਈਨ ਜੋ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ, ਠੀਕ ਹੈ ਜੀ, ਇੱਥੇ ਅਸੀਂ ਦੇਖ ਸਕਦੇ ਲਿਖਿਆ ਹੋਇਆ। ਅਤੇ ਕਿੰਨੀ ਤਰੀਕ ਤੋਂ ਆਪਾਂ ਫੋਰਮ ਫਿਲ ਕਰ ਸਕਦੇ ਹਾਂ, ਉਹ ਵੀ ਇੱਥੇ ਲਿਖਿਆ ਹੋਇਆ ਜੀ। ਔਨਲਾਈਨ ਦਰਖਾਸਤਾਂ ਦੀ ਮੰਗ ਜੋ ਹੈ 3/8/2021 ਤੋਂ 18/8/2021 ਤੱਕ ਕੀਤੀ ਜਾਂਦੀ ਹੈ ਜੀ। ਅਤੇ ਇਹਨਾਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਹੇਠਾਂ ਲਿਖੇ ਅਨੁਸਾਰ ਹੈ, ਅਤੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕੈਟਾਗਰੀ ਵਾਈਜ਼ ਸਾਰਾ ਜੋ ਵੇਰਵਾ ਹੈ ਜੀ। ਇਹ ਸਾਰੀਆਂ ਕੈਟਾਗਰੀਜ਼ ਨੇ, ਠੀਕ ਹੈ ਜੀ, ਜਨਰਲ ਅਨੁਸੂਚਿਤ ਜਾਤੀਆਂ M ਅਤੇ B, ਅਨੁਸੂਚਿਤ ਜਾਤੀਆਂ R ਅਤੇ O, ਇਹਦੇ ਵਿੱਚ ਸਾਰੀਆਂ ਕੈਟਾਗਰੀਜ਼ ਨੇ, ਉਹ ਦੇਖ ਸਕਦੇ ਹੋ ਜੀ ਸਾਰੀਆਂ। ਸੋ ਜੋ ਅਸਾਮੀਆਂ ਨੇ, ਕਿਹੜੀ ਕੈਟਾਗਰੀਜ਼ ਦੀਆਂ ਕਿੰਨੀਆਂ ਨੇ, ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ, ਜਿਵੇਂ ਕਿ ਜਨਰਲ ਦੀਆਂ 2588 ਨੇ, ਫਿਰ ਜਿਹੜੀ ਡਿਟੇਲ ਕੈਟਾਗਰੀਜ਼ ਨੇ ਸਾਰੀਆਂ, ਉਹ ਤੁਸੀਂ ਸਾਰੇ ਇੱਥੇ ਦੇਖ ਸਕਦੇ ਹੋ ਜੀ। ਅਤੇ ਫਿਰ ਜਿਹੜੀਆਂ ਔਰਤਾਂ ਲਈ ਜਿਹੜੀਆਂ ਰਿਜ਼ਰਵੇਸ਼ਨ ਹੈ, ਰਾਖਵੀਆਂ ਸੀਟਾਂ ਨੇ, ਉਹ ਵੀ ਇੱਥੇ ਦੇਖ ਸਕਦੇ ਹੋ ਤੁਸੀਂ। ਅਤੇ ਹੁਣ ਚੱਲਾਂਗੇ ਅੱਗੇ ਜੀ। ਅੰਗਹੀਣ ਨੇ, ਜਿਹੜੇ ਹੈਂਡੀਕੈਪਡ ਨੇ, ਠੀਕ ਹੈ ਜੀ, ਜਿਹੜੇ ਦਿਵਿਆਂਗ ਨੇ, ਉਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ, ਉਹ ਵੀ ਤੁਸੀਂ ਇੱਥੇ ਵੇਖ ਸਕਦੇ ਹੋ ਕੈਟਾਗਰੀਜ਼ 'ਚ। ਅਤੇ ਜਿਹੜੀਆਂ ਕੈਟਾਗਰੀਜ਼ ਨੇ ਸਾਰੀਆਂ ਇੱਥੇ ਜੋ ਮੈਂਸ਼ਨ ਕੀਤੀਆਂ ਹੋਈਆਂ ਨੇ। ਅਤੇ ਕੁੱਲ ਜਿਹੜਾ ਜੋੜ ਬਣਦਾ ਜੀ ਇਹਨਾਂ ਦਾ, 6,835 ਬਣਦਾ, ਠੀਕ ਹੈ ਜੀ। ਅਤੇ ਹੁਣ ਵਾਰੀ ਆਉਂਦੀ ਹੈ ਜੀ ਵਿੱਦਿਅਕ ਯੋਗਤਾਵਾਂ, ਵੀ ਜੋ ਆਪਣੀ ਕੁਆਲੀਫਿਕੇਸ਼ਨ ਯੋਗਤਾ ਕਿੰਨੀ ਹੋਣੀ ਚਾਹੀਦੀ ਹੈ। ਸੋ ਤੁਸੀਂ ਵੇਖ ਸਕਦੇ ਹੋ, ਇਹ ਅਸਾਮੀਆਂ ਦਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਟੀਚਰ ਕੈਡਰ ਗਰੁੱਪ C ਸਰਵਿਸ ਰੂਲਸ 2018 ਐਂਡ ਟੀਚਿੰਗ ਕੈਡਰ ਬੋਰਡਰ ਏਰੀਆ ਗਰੁੱਪ C ਸਰਵਿਸ ਰੂਲਸ 2018, ਠੀਕ ਹੈ, ਸਾਰਾ ਇੱਥੇ ਇਹ ਮੈਂਸ਼ਨ ਕੀਤਾ ਹੋਇਆ ਸਾਰਾ। ਅਤੇ ਇਹਦੇ ਅਧੀਨ ਇਹ ਅਨੁਸਾਰ 2018 ਅਨੁਸਾਰ ਤੈਅ ਮੁੱਢਲੀਆਂ ਯੋਗਤਾਵਾਂ ਅਨੁਸਾਰ ਭਰੀਆਂ ਜਾਣਗੀਆਂ। ਸੰਬੰਧਿਤ ਪ੍ਰਾਰਥੀ ਪਾਸ ਹੇਠਾਂ ਲਿਖੀਆਂ ਯੋਗਤਾਵਾਂ ਹੋਣੀਆਂ ਜ਼ਰੂਰੀ ਹਨ। ਜਿਹੜੀਆਂ ਯੋਗਤਾਵਾਂ ਨੇ ਜੀ ਥੱਲੇ ਲਿਖੀਆਂ ਗਈਆਂ ਨੇ, ਸ਼ੁੱਡ ਹੈਵ ਪਾਸ +2 ਫਰੋਮ ਆ ਰੈਕਗਨਾਈਜ਼ ਬੋਰਡ ਅਵਰ ਇੰਸਟੀਟਿਊਸ਼ਨ। 12ਵੀਂ ਪਾਸ ਹੋਣੀ ਚਾਹੀਦੀ ਹੈ ਜੀ ਕੈਂਡੀਡੇਟਸ, ਜੋ ਵੀ ਹੈ 12ਵੀਂ ਪਾਸ ਹੋਣਾ ਚਾਹੀਦਾ ਕੈਂਡੀਡੇਟਸ, ਜਿਹੜਾ ਕੀ ਹੈ ਮਨਜੂਸ਼ ਦਾ ਬੋਰਡ ਤੋਂ ਜਾਂ ਇੰਸਟੀਟਿਊਸ਼ਨ ਤੋਂ। ਅੱਗੇ ਲਿਖਿਆ ਹੈ ਜੀ 2 ਸਾਲ ਦਾ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਕੋਰਸ ਹੋਣਾ ਚਾਹੀਦਾ ਹੈ ਰੈਕਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ, ਅਤੇ ਜਾਂ ਫਿਰ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਐਲੀਮੈਂਟਰੀ ਐਜੂਕੇਸ਼ਨ ਦਾ, ਤੁਸੀਂ ਇੱਥੇ ਵੇਖ ਸਕਦੇ ਹੋ। ਉਪਰੋਕਤ ਵਿੱਦਿਅਕ ਯੋਗਤਾਵਾਂ ਤੋਂ ਇਲਾਵਾ ETT ਅਧਿਆਪਕਾਂ ਦੀ ਅਸਾਮੀ ਲਈ ਉਮੀਦਵਾਰਾਂ ਵੱਲੋਂ ਬੱਚਿਆਂ ਦੇ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ PS TET 1 ਪਾਸ ਹੋਣਾ ਲਾਜ਼ਮੀ ਹੈ, ਠੀਕ ਹੈ ਜੀ। ਇਹ ਇੱਕ ਇੰਪੋਰਟੈਂਟ ਇਹ ਇਸ਼ੂ ਹੈ ਵੀ ਜਿਹੜਾ PTET ਦਾ ਪੇਪਰ 1 ਹੈ ਉਹ ਪਾਸ ਹੋਣਾ ਜ਼ਰੂਰੀ ਹੈ ਜੇ ਆਪਾਂ ਇਹ ਫੋਰਮ ਫਿਲ ਕਰਨਾ ਹੈ ETT ਕੈਡਰ ਦਾ। ਸੋ ਚੱਲਦੇ ਹਾਂ ਅੱਗੇ। ਹੁਣ ਅਪਲਾਈ ਕਰਨ ਦੀ ਵਿਧੀ ਇੱਥੇ ਸਾਰੀ ਦੱਸੀ ਗਈ ਹੈ ਜੀ, ਇਹ ਤੁਸੀਂ ਵੇਖ ਸਕਦੇ ਹੋ। ਚੋਣ ਦਾ ਢੰਗ ਕੀ ਹੋਏਗਾ, ਚੋਣ ਦਾ ਢੰਗ ਤੁਹਾਨੂੰ ਇੱਥੇ ਦੱਸਦੇ ਹਾਂ, ਸਾਰਾ ਇੱਥੇ ਲਿਖਿਆ ਹੋਇਆ ਜੀ। ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ 'ਤੇ 100 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਏਗਾ, ਓਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ, ਅਤੇ ਜਿਹੜੀ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਦੀ ਮੈਰਿਟ ਲਿਸਟ ਅਤੇ ਜੋ ਲਿਖਤੀ ਲਿਸਟ ਟੈਸਟ ਹੋਏਗਾ ਉਚੇਰੀ ਯੋਗਤਾ ਦੇ ਅੰਕਾਂ ਨੂੰ ਜੋੜ ਕੇ ਬਣਾਈ ਜਾਵੇਗੀ। ਉਚੇਰੀ ਯੋਗਤਾ ਕਿਹੜੀਆਂ ਹੋਣਗੀਆਂ ਜੀ? ਗ੍ਰੈਜੂਏਸ਼ਨ ਪਹਿਲੇ ਦਰਜੇ ਵਿੱਚ 5 ਅੰਕ,
ਅਤੇ ਅੱਗੇ ਤੁਹਾਨੂੰ ਦੱਸਾਂਗੇ ਜੀ ਦੂਜੇ ਦਰਜੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਊਗੀ 3 ਅੰਕ, ਤੀਜੇ ਦਰਜੇ ਵਿੱਚ ਕੀਤੀ ਹੋਊਗੀ 2 ਅੰਕ। ਸੋ ਇਹ ਸਾਰੀਆਂ ਇੰਸਟਰਕਸ਼ਨਸ ਰੀਡ ਕਰ ਸਕਦੇ ਹੋ ਜੀ ਬਾਅਦ ਵਿੱਚ। ਪੇ ਸਕੇਲ ਕਿੰਨਾ ਹੋਏਗਾ, ਠੀਕ ਹੈ ਜੀ, ਯਾਨੀ ਕਿ ਤਨਖਾਹ ਕਿੰਨੀ ਹੋਏਗੀ, ਉਹ ਇੱਥੇ ਲਿਖਿਆ ਹੋਇਆ ਹੈ। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰਬਰ ਮਿਤੀ 21/10/2020 ਅਨੁਸਾਰ ਪੇ ਸਕੇਲ ਜੋ ਹੋਏਗਾ 29,200 ਬਿਨਾਂ ਕਿਸੇ ਭੱਤੇ ਦੇ ਅਨੁਸਾਰ ਮਿਲਣਯੋਗ ਹੋਣਗੇ, ਠੀਕ ਹੈ ਜੀ। 29,200 ਜੋ ਹੈ ਪੇ ਸਕੇਲ ਹੋਏਗੀ। ਉਮਰ ਹੱਦ ਕਿੰਨੀ ਹੋਏਗੀ ਜੀ, 1/1/2021 ਤੋਂ 21 ਨੂੰ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਊਗੀ। ਅਤੇ ਜਿਹੜੀਆਂ ਰਿਲੈਕਸੇਸ਼ਨ ਹੋਣਗੀਆਂ ਜੋ ਉਹ ਕੈਟੇਗਰੀਜ਼ ਨੂੰ ਮਿਲਣਗੀਆਂ। ਸੋ ਚੱਲਦੇ ਹਾਂ ਅੱਗੇ ਜੀ, ਤੁਸੀਂ ਇਹ ਸਾਰੀਆਂ ਇੰਸਟਰਕਸ਼ਨਸ ਨੇ ਜੋ ਰੀਡ ਕਰ ਲੈਣਾ ਨੋਟੀਫਿਕੇਸ਼ਨ ਵਿੱਚ। ਫਿਰ ਗੱਲ ਆਉਂਦੀ ਹੈ ਜੀ ਫੀਸ ਦੀ, ਜਦੋਂ ਆਪਾਂ ਬਿਨਾਂ ਪੱਤਰ ਦੇਣਾ ਤਾਂ ਆਪਣੀ ਪ੍ਰੋਸੈਸਿੰਗ ਫੀਸ ਕਿੰਨੀ ਲੱਗੇਗੀ। ਜਨਰਲ ਕੈਟਾਗਰੀ 1,000, ਰਿਜ਼ਰਵ ਕੈਟੇਗਰੀ 500, ਸਾਬਕਾ ਸੈਨਿਕ ਕੋਈ ਨਹੀਂ। ਚੱਲਦੇ ਹਾਂ ਅੱਗੇ ਜੀ, ਇਹ ਸਾਰੀਆਂ ਇੰਸਟਰਕਸ਼ਨਸ ਨੇ ਜੀ, ਇਹ ਵੀ ਸਾਰੇ ਡਿਟੇਲ ਨੋਟੀਫਿਕੇਸ਼ਨ ਨੇ ਜੋ ਤੁਸੀਂ ਫੋਰਮ ਫਿਲ ਕਰਦੇ ਹੋਏ ਧਿਆਨ ਨਾਲ ਰੀਡ ਕਰ ਲੈਣਾ ਜੀ। ਇਹ ਸਾਰੀਆਂ ਇੰਸਟਰਕਸ਼ਨਸ ਨੇ ਜੀ, ਇਹ ਰੀਡ ਕਰਨ ਤੋਂ ਬਾਅਦ ਹੀ ਆਪਾਂ ਫੋਰਮ ਫਿਲ ਕਰਨਾ। ਸੋ ਇਹ ਹੈ ਜੀ ਆਪਣਾ ਡਿਟੇਲ ਵਿੱਚ ਨੋਟੀਫਿਕੇਸ਼ਨ, ਇਹ ਤੁਸੀਂ ਸਾਰੀਆਂ ਦੇਖ ਸਕਦੇ ਹੋ ਜੀ ਇੰਸਟਰਕਸ਼ਨਸ। ਔਨਲਾਈਨ ਅਪਲਾਈ ਕਰਨ ਦੀ ਜੋ ਹੈ ਵਿਧੀ ਵੀ ਇੱਥੇ ਸਾਰੀ ਦੱਸੀ ਗਈ ਹੈ ਜੀ। ਵੈਬਸਾਈਟ www.educationrecruitmentboard.com ਤੇ ਜਾ ਕੇ ਆਪਾਂ ਔਨਲਾਈਨ ਅਪਲਾਈ ਕਰ ਸਕਦੇ ਹਾਂ। ਜੋ ਵੀ ਸ਼ਰਤਾਂ ਨੇ, ਜੋ ਇੰਸਟਰਕਸ਼ਨਸ ਨੇ, ਸਾਰੀਆਂ ਇੱਥੇ ਮੈਂਸ਼ਨ ਕੀਤੀਆਂ ਗਈਆਂ ਨੇ। ਅੱਗੇ ਤੁਸੀਂ ਵੇਖ ਸਕਦੇ ਹੋ ਜੀ, ਜ਼ਰੂਰੀ ਸ਼ਰਤ ਜਿਹੜੀ ਹੈ, ਜ਼ਰੂਰੀ ਤਰੀਕਾਂ ਜਿਹੜੀਆਂ ਨੇ। ਉਮੀਦਵਾਰ ਔਨਲਾਈਨ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ 18/8/2021 ਹੈ, ਸ਼ਾਮ 5 ਵਜੇ ਤੱਕ ਹੋਵੇਗੀ। ਯਾਨੀ ਕਿ 18/8/2021 ਤੱਕ ਆਪਾਂ ਇਹ ਫੀਸ ਜੋ ਹੈ ਇਹ ਭਰਾ ਸਕਦੇ ਹਾਂ। ਸੋ ਇਹ ਨੋਟਿਸ ਹੈ ਜਿਹੜਾ ਡਿਟੇਲ ਐਡਵਰਟਾਈਜ਼ਮੈਂਟ ਦਾ, ਇਹ ਅੱਜ ਜਾਰੀ ਹੋਇਆ ਜੀ ਬੋਰਡ ਦੀ ਵੈਬਸਾਈਟ 'ਤੇ, ਤੁਸੀਂ ਇੱਥੇ ਵੇਖ ਸਕਦੇ ਹੋ। ਸੋ ਇਹ ਹੈ ਜੀ ਡਿਟੇਲ ਵਿੱਚ ਐਡਵਰਟਾਈਜ਼ਮੈਂਟ, ਠੀਕ ਹੈ ਜੀ। ਇਸ਼ਤਿਹਾਰ ਹੈ ਜਿਹੜਾ ETT ਜਿਹੜੀਆਂ ਕੈਡਰ ਦੀਆਂ ਪੋਸਟਾਂ ਨੇ ਉਹਨਾਂ ਸੰਬੰਧੀ ਇਸ਼ਤਿਹਾਰ ਹੈ ਇਹ। ਤੁਸੀਂ ਇਸ਼ਤਿਹਾਰ ਜੋ ਹੈ www.educationrecruitmentboard.com ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਜਿਹੜੇ ਕੈਂਡੀਡੇਟਸ ਨੇ ਇਹ ਪੋਸਟ ਵਾਲੇ ਅਪਲਾਈ ਕਰਨਾ ਉਹ ਅਪਲਾਈ ਕਰ ਸਕਦੇ ਆ, ਠੀਕ ਹੈ ਜੀ। ਸੋ ਇਹ ਸੀਗਾ ਜੀ ਆਪਣੀ ਲੇਟੈਸਟ ਅਪਡੇਟ। ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਨੇ ਜੋ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਰੈਗੂਲਰਲੀ ਮਿਲਦੀਆਂ ਰਹਿਣਗੀਆਂ ਇਸ ਚੈਨਲ 'ਤੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ, ਔਰ ਬੈਲ ਆਈਕਨ 'ਤੇ ਪ੍ਰੈਸ ਕਰ ਦੇਣਾ ਤਾਂ ਕਿ ਜਿਹੜੇ ਨੋਟੀਫਿਕੇਸ਼ਨ ਹੋਣਗੇ ਉਹ ਤੁਹਾਨੂੰ ਮਿਲਦੇ ਰਹਿਣ ਟਾਈਮ ਟੂ ਟਾਈਮ। ਸੋ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਜੀ, ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਫੋਰਮ ਫਿਲ ਕਰਨੇ ਹੋਣਗੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ। ਸੋ ਵੀਡੀਓ ਵੇਖਣ ਲਈ ਥੈਂਕ ਯੂ ਜੀ, ਧੰਨਵਾਦ।